ਭਾਈ ਕੀ ਹਾਲ ਹੈ? ਠੀਕ ਠਾਕ ਜੇ? ਆਹ ਭਾਈ ਪਾਕਿਸਤਾਨ ਆ ਐਸ ਸਾਈਡ ਤੇ, ਤੇ ਇਧਰਲੇ ਬੰਨਿਆ ਇੰਡੀਆ ਐਸ ਸਾਈਡ। ਮੈਨੂੰ ਖਿੱਚੋ, ਆ ਜਾਓ, ਬੰਦ ਕਰ ਦਾ। ਅਭੀ ਮਜ਼ਾ ਆਏਗਾ ਨਾ ਵੀਡੀਓ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕਮ। ਉਮੀਦ ਕਰਦਾ ਕਿ ਤੁਸੀਂ ਸਭ ਲੋਕ ਠੀਕ ਠਾਕ ਹੋਵੋਗੇ, ਫਿੱਟ ਫਾਟ ਹੋਵੋਗੇ। ਤੇ ਇਹਦੇ ਨਾਲ ਕਰ ਦਿੰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਅਤੇ ਸਾਰੇ ਦੋਸਤ ਦੱਸੋ ਠੀਕ ਠਾਕ ਜੇ? ਫਿੱਟ ਫਾਟ ਜੇ ਵਲੋਗ ਕਾਫੀ ਦਿਨਾਂ ਤੋਂ ਨਹੀਂ ਸੀ ਬਣਾਇਆ ਗਿਆ। ਜਿਉਂ ਦਾ ਸਾਡਾ ਕੁੱਤਾ ਚੋਰੀ ਆਇਆ, ਅਤੇ ਕੁੱਤੇ ਦਾ ਭਾਈ ਅਜੇ ਤੱਕ ਕੋਈ ਪਤਾ ਨਹੀਂ ਲੱਗਾ, ਕੋਈ ਸੂਹ ਨਹੀਂ ਨਿਕਲੀ। ਚੰਗੀ ਸਾਡੀ ਟੀਮ ਜੇ ਤੁਹਾਨੂੰ ਕੋਈ ਵੀ ਨਹੀਂ ਪਤਾ ਲਵਾਇਆ ਗਿਆ ਕੁੱਤਾ ਸਾਡਾ ਚੋਰੀ ਕਿੰਨੇ ਕੀਤਾ ਅਤੇ ਕਿੱਧਰ ਗਿਆ। ਅਤੇ ਬਾਕੀ ਲੱਭਣਾ ਜ਼ਰੂਰ ਆ, ਹੈ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਇਨਸ਼ਾਅੱਲਾ ਲੱਗੇਗਾ ਪਤਾ ਇੱਕ ਦਿਨ। ਅਤੇ ਬਾਕੀ ਚੋਰੀ ਇਸ ਟਾਈਮ ਖਲੋਤੇ ਆ ਨਹਿਰ ਦੇ ਉੱਤੇ, ਅਤੇ ਕੱਲ੍ਹ ਦੀ ਨਾ ਬਾਰਿਸ਼ ਕਾਫੀ ਜ਼ਿਆਦਾ ਹੋਈ ਆ, ਅਤੇ ਬਾਰਿਸ਼ ਦੀ ਵਜ੍ਹਾ ਨਾਲ ਨਾ ਪਾਣੀ ਇਜ਼ਾਫੀ ਹੋ ਗਿਆ। ਅਤੇ ਮੈਂ ਡੇਰੇ ਬੈਠਾ ਹਾਂ, ਅਤੇ ਦੋਸਤ ਕਹਿੰਦਾ ਵੀ ਤੂੰ ਨਾ ਆ ਮੇਰੇ ਨਾਲ ਚੱਲ, ਪਿੰਡੋਂ ਆਇਆ ਸੀ, ਕਹਿੰਦਾ ਵੀ ਮੋਗਾ ਕਰਨਾ ਵਾ ਬੰਦ, ਕਿਉਂਕਿ ਪਾਣੀ ਹੁਣ ਕੱਲ੍ਹ ਨਾ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਆ, ਅਤੇ ਪਾਣੀ ਹੋ ਗਿਆ ਇਜ਼ਾਫੀ, ਅਤੇ ਲੱਗੇ ਹਾਂ ਮੋਗਾ ਕਰਨਾ ਬੰਦ। ਆਹ ਸਾਡੀ ਨਹਿਰ ਹੈ ਜੀ ਜਿੱਥੋਂ ਸਾਡਾ ਪਾਣੀ ਜਾਂਦਾ, ਅਤੇ ਇੱਥੋਂ ਪਾਣੀ ਆਉਣ ਕੇ ਇਹ ਮੋਗਾ, ਠੀਕ ਹੈ, ਇਹ ਹੈਗਾ ਮੋਗਾ, ਇਹ ਕਰਾਂਗੇ ਬੰਦ। ਅਤੇ ਬੰਦਾ ਸਾਡਾ ਗਿਆ ਉੱਥੋਂ ਨਾ ਬੋਰਾ ਲੈਣ, ਉਹ 'ਚ ਤੂੜੀ ਪਾ ਕੇ ਲੈ ਕੇ ਆਏਗਾ, ਅਤੇ ਭਾਅ ਜੀ ਇੱਥੋਂ ਕਰ ਦਾਂਗੇ ਅਸੀਂ ਬੰਦ ਇਹਨੂੰ। ਪਾਣੀ ਹੋ ਗਿਆ ਇਜ਼ਾਫੀ, ਚੜ ਸਾਹਿਬ ਚੋਰੀ ਲੈ ਕੇ ਆ ਰਿਹਾ ਭਰ ਕੇ ਬੋਰਾ, ਅਤੇ ਹੁਣ ਅਸੀਂ ਸੁਣਨਾ ਮੋਗੇ ਦੇ ਵਿੱਚ ਪਾਣੀ ਹੋ ਗਿਆ ਸਾਡੇ ਤੋਂ ਭਾਈ ਬਹੁਤ ਇਜ਼ਾਫੀ, ਅਤੇ ਪਾਣੀ ਆਪਣਾ ਲਾਉਂਦੇ ਕੋਈ ਵੀ ਨਹੀਂ ਗੇ, ਅਤੇ ਪਾਣੀ ਸਾਰਾ ਜੱਟ ਦੇ ਪੈਂਦਾ, ਜੱਟ ਦੇ ਅੱਗੇ ਛੱਪੜ ਨੇ ਰੋੜਿਆ, ਉੱਥੇ ਰਾਵੀ ਬਣੀ ਪਈ ਹੈ, ਕਿਉਂ ਜੱਟਾ ਇੰਜ ਨਹੀਂ? ਹੁਣ ਜੱਟਾ ਸੁੱਟ ਕੇ ਇਹਨੂੰ ਕਰੀਏ ਬੰਦ, ਕਿਉਂਕਿ ਪਾਣੀ ਸਾਰਾ ਜੱਟ ਦੇ ਪਈ ਜਾਂਦਾ, ਕੋਈ ਆਪਣਾ ਲਾਉਂਦੇ ਕੋਈ ਨਹੀਂ ਹੈਗੇ, ਅਤੇ ਇੱਧਰ ਹੋ ਰਿਹਾ ਨੁਕਸਾਨ, ਕਿਉਂਕਿ ਰਾਤ ਦੀ ਬਾਰਿਸ਼ ਬਹੁਤ ਜ਼ਿਆਦਾ ਹੋਈ ਭਾਈ, ਇਹਦੇ ਨਾਲ ਨੁਕਸਾਨ ਹੋਇਆ। ਆਹ ਬੋਰੇ 'ਚ ਪਾਈ ਆ ਤੂੜੀ, ਅਤੇ ਇਹ ਪਾਵਾਂਗੇ ਅੱਗੇ, ਅਤੇ ਪਾਣੀ ਜਾਏਗਾ ਰੋਕ। ਹੋ ਗਿਆ ਹੋ ਗਿਆ ਬੰਦ। ਤਾਂ ਚੁੱਕ ਕੇ ਕਰਦਾ ਇਹਨੂੰ, ਘੜ ਗਿਆ ਏ ਉਹਨਾਂ ਡਿਆ ਨਾ ਉੱਤੇ ਮੋਰਾ ਭਾਈ ਇਹਦੇ। ਹੋ ਗਿਆ ਸੀਲ, ਹੁਣ ਤਾਂ ਮੈਂ ਠੋਕਦਾ, ਹੁਣ ਮੈਨੂੰ ਕੱਢ ਲਾ ਖੁੱਲ ਗਿਆ ਉੱਤੇ ਚੜਿਆ ਜਾ, ਹੁਣ ਵੇ ਹਟ ਗਿਆ ਮਾੜਾ ਮੋਟਾ, ਤਾਂ ਚੁੰਦਾ ਇੰਨਾ ਚੁੰਦਾ ਰਹਿਣਾ ਜੱਟਾ, ਇੰਨੇ ਦੀ ਖੈਰ ਆ ਲੈ ਹੁਣ ਪਾੜ ਦਿੱਤੀ ਬੋਰੀ ਵਿੱਚ। ਸੌਖੇ ਵੱਡਾ ਜਾਣਦਾ, ਔਖਾ ਹੋ ਗਿਆ। ਆਹ ਬਾਰਿਸ਼ ਰਾਤ ਦੀ ਪਈ ਬੜੀ ਹੈ, ਉਹ ਮੋਗਾ ਬੰਦ ਕਰਾਉਣ ਆਇਆ ਸੀ ਜੱਟ, ਉਹਦੇ ਨਾਲ ਮੋਗਾ ਬੰਦ ਕਰਾ ਗਿਆ, ਮੈਨੂੰ ਵਿੱਚ ਵਾੜਿਆ ਉਹਨੇ, ਸਾਰੇ ਕੱਪੜੇ ਜਿਹੜੇ ਆ ਨਾ ਗਿੱਲੇ ਹੋ ਗਏ। ਅੱਛਾ ਉਹ ਪੂਰਾ ਛੱਡਿਆ ਭਾਈ ਜੱਟਾਂ ਦਾ, ਅਸੀਂ ਮੇਰੇ ਮੋਗਾ ਬੰਦ ਕਰਾ ਦਿਓ, ਉਹਦੇ ਨਾਲ ਮੰਗਾਏ ਆ ਮੋਗਾ ਬੰਦ ਕਰਾਇਆ, ਵਿੱਚ ਵੜਨਾ ਪਿਆ ਮੈਨੂੰ ਵੀ, ਮੈਂ ਤਾਂ ਕਿਹਾ ਜੱਟ ਵੜੂਗਾ, ਭਲ ਉਹਨੇ ਮੈਨੂੰ ਵੀ ਵਾੜਿਆ, ਅਤੇ ਮੋਗਾ ਦਾ ਕਰ ਦਿੱਤਾ ਬੰਦ,
ਤੇ ਬਾਕੀ ਭਾਈ ਅਸਲ ਦਸਾਂ ਗੱਲ ਕੀ ਆ, ਪਾਣੀ ਦੀ ਜ਼ਰੂਰਤ ਰਹਿੰਦੀ ਆ। ਰਾਤੀ ਜਿਹੜੀ ਬਾਰਿਸ਼ ਹੋਈ ਆ ਨਾ, ਉਹਦੀ ਵਜ੍ਹਾ ਨਾਲ ਪਾਣੀ ਦਾਫੀ ਹੋ ਗਿਆ, ਅਤੇ ਨਾਲ ਹੀ ਇਹਨਾਂ ਦੇ ਲੱਗਦਾ ਪਿੰਡ ਦੇ ਲਾਗੇ ਛੱਪੜ, ਸਾਡਾ ਡੇਰਾ ਤਾਂ ਨਹਿਰ ਦੇ ਨਾਲ ਹੀ ਆ ਨਾ ਥੋੜ੍ਹਾ ਹਟਵਾਂ, ਅਤੇ ਉੱਥੇ ਜਾ ਕੇ ਛੱਪੜ ਦਾ ਪਾਣੀ ਵੀ ਨਾ ਪਿੰਡ ਦਾ ਪੂਰਾ ਪਾਣੀ ਉੱਥੇ ਜਾਂਦਾ। ਉਹ ਭਾਈ ਇਹਨਾਂ ਦੇ ਪਾਣੀ ਬਹੁਤ ਜ਼ਿਆਦਾ ਪਿਆ, ਤੂੰ ਇਸ ਤੋਂ ਮੋਗਾ ਬੰਦ ਕਰਿਆ, ਉਹ ਪਾਣੀ ਲਾ ਨਹੀਂ ਰਿਹਾ ਤਾਂ ਸਾਰਾ ਪਾਣੀ ਜਾ ਕੇ ਇਹਨਾਂ 'ਤੇ ਪੈ ਰਿਹਾ, ਤਾਂ ਫਿਰ ਨੁਕਸਾਨ ਹੋ ਰਿਹਾ ਸੀ। ਇਸ ਤੋਂ ਆਇਆ ਵਿਚਾਰਾ ਵੀ ਮੇਰਾ ਨਾ ਹਾਂ ਮੋਗਾ ਬੰਦ ਕਰਾ, ਮੈਂ ਚੱਲ ਯਾਰ ਚੱਲਦੇ ਹਾਂ, ਅਤੇ ਫਿਰ ਉਹ ਵਿੱਚ ਵੀ ਮੈਨੂੰ ਮਿਲਣਾ ਪਿਆ, ਅਤੇ ਮੇਰੇ ਕੱਪੜੇ ਗਏ ਸਾਰੇ ਹੋ ਗਿੱਲੇ, ਅਤੇ ਕੋਈ ਨਹੀਂ ਯਾਰ ਕਿਹੜੀ ਗੱਲ ਹੈਗੀ। ਪਲ ਵਿੱਚੋਂ ਭਾਈ ਬੜਾ ਡੂੰਘਾ, ਅਤੇ ਜਦੋਂ ਉਹਨਾਂ ਮੈਨੂੰ ਕੱਢਿਆ ਨਾ, ਬੜਾ ਜ਼ੋਰ ਨਾਲ ਕੱਢਿਆ, ਪਤਾ ਨਹੀਂ ਹੁਣ ਵੀਡੀਓ ਦੇ ਵਿੱਚ ਆਇਆ ਕਿ ਨਹੀਂ ਆਇਆ, ਮੈਂ ਕੈਮਰਾ ਕਿਸੇ ਬੰਦੇ ਨੂੰ ਫੜਾਇਆ ਸੀ, ਉਹਨੂੰ ਪਤਾ ਨਹੀਂ ਉਹਨੇ ਵੀਡੀਓ ਪੂਰੀ ਧਿਆਨ ਨਾਲ ਬਣਾਈ ਹੈ ਕਿ ਨਹੀਂ ਬਣਾਈ। ਵੀ ਪਾਣੀ ਬੜਾ ਲੱਗਣ ਦਿਆ, ਅਤੇ ਸਵੇਰੇ ਸਵੇਰ ਤਕਰੀਬਨ ਟਾਈਮ ਹੈਗਾ 9 ਦਾ ਭਾਈ, ਅਜੇ 9 ਦਾ ਟਾਈਮ ਆ, ਅਤੇ ਬਾਕੀ ਉਹ ਸੁਬਹਾ ਸੁਬਹਾ ਨਾ ਨਹਿਰ ਦੇ ਸੈਰ ਕਰਨ ਦਾ ਵੀ ਆਪਣਾ ਮਜ਼ਾ, ਚਿੱਲ ਮਾਹੌਲ ਆ, ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ, ਬਾਇਆ ਨਾ ਸਕੂਨ ਮਾਹੌਲ, ਨਾ ਖੱਚ ਖੱਚ ਨਾ ਖੁਚ ਖੁਚ, ਸਕੂਨ ਨਾਲ ਕੰਮ ਹੋ ਰਿਹਾ ਭਾਈ ਹੈਂ, ਅਤੇ ਵਾਕ ਕਰਨ ਲਈ ਬੜਾ ਜ਼ਬਰਦਸਤ ਨਹਿਰ ਦਾ, ਚੋਰੀ ਇੱਧਰੋਂ ਬੰਦਾ ਆਵੇ ਐਂ ਨੂੰ ਜਾਵੇ। ਭਾਈ ਨੂੰ ਕੀ ਹਾਲ ਹੈ, ਠੀਕ ਠਾਕ ਜੇ? ਆਹ ਭਾਈ ਪਾਕਿਸਤਾਨ ਆ ਐਸ ਸਾਈਡ 'ਤੇ, ਅਤੇ ਇੱਧਰਲੇ ਬੰਨੇ ਆ ਇੰਡੀਆ ਐਸ ਸਾਈਡ 'ਤੇ, ਠੀਕ ਹੈ ਕਿ ਨਹੀਂ? ਇਹ ਭਾਈ ਉੱਧਰ ਇੰਡੀਆ ਵਾਲੇ ਖਲੋਤੇ ਆ। ਹੋਰ ਸੁਣਾਓ ਭਾਈ, ਆ ਠੀਕ ਠਾਕ ਜੇ? ਹਾਂਜੀ, ਇੱਧਰ ਭਾਈ ਕਰ ਰਿਹਾ ਆਪਣੀ ਸਾਈਡ ਦੀ, ਉਹ ਨਾ ਆਹ ਨਹਿਰ BRB ਨਹਿਰ ਆ, ਅਤੇ ਇਹ ਕ੍ਰਾਸ ਕਰਕੇ ਉੱਧਰ ਭਾਈ ਇੰਡੀਆ ਵਾਲੇ ਲੱਗੇ ਨੇ, ਅਤੇ ਇੱਧਰੋਂ ਕਰ ਰਹੇ ਆਪਣੀ ਸਫਾਈ, ਅਤੇ ਸਾਡੇ ਬੰਨੇ ਪਾਕਿਸਤਾਨੀ ਦਾ ਹਾਲ ਵੇਖ ਲਓ, ਸਾਰੇ ਬੂਝੇ ਹੋਏ ਆ, ਬੂਝੇ ਤਾਂ ਉਹਨਾਂ ਦੇ ਵੀ ਅੱਗੇ ਹੋਏ ਆ, ਲੇਕਿਨ ਉਹ ਕਰ ਰਹੇ ਸਫਾਈ, ਕਿਉਂਕਿ ਇਹਨਾਂ ਦੀ ਜ਼ਮੀਨ ਲੱਗਦੀ ਨਾਲ ਦੇ ਆਉਂਦੇ ਆ, ਯਾਰਾ ਮਾਹੌਲ ਸਾਫ਼ ਸੁਥਰਾ ਰਹਿਣਾ ਚਾਹੀਦਾ। ਝੂਠਾ ਗਿਆ ਜੇ, ਆੜੀ ਹੈਂਡ ਫਰੀ ਆ ਨਾ, ਹੈ ਵੀ ਮੇਰੀ ਜੈਨੂਅਨ ਸੀ ਜਿਹੜੀ ਇਸ ਮੋਬਾਈਲ ਦੇ ਨਾਲ ਹੀ, ਜਿਹਨਾਂ ਮੈਂ ਵੀਡੀਓ ਬਣਾ ਰਿਹਾ, ਇਹ ਜਿਹੜੀ ਹੈਂਡ ਫਰੀ ਆ ਨਾ ਮੇਰੀ ਜੇਬ ਦੇ ਵਿੱਚ ਪਾਕਟ ਦੇ ਵਿੱਚ ਹੀ ਸੀ, ਅਤੇ ਜਦੋਂ ਮੈਂ ਵੜਿਆ ਵਾ ਉਹਦੇ ਵਿੱਚ, ਖੂਹ ਜਿਹਾ ਇਹਦੇ ਵਿੱਚ, ਅਤੇ ਭਾਈ ਪਤਾ ਨਹੀਂ ਹੁਣ ਚੱਲਦੀ ਆ ਕਿ ਨਹੀਂ ਚੱਲਦੀ, ਇਹਦੇ 'ਚ ਨਾ ਪਾਣੀ ਚਲਾ ਗਿਆ ਵੈਸੇ, ਅਤੇ ਇਹਨੂੰ ਹੁਣ ਜਾ ਕੇ ਨਾ ਚੈੱਕ ਕਰਾਂਗੇ ਵੀ ਕੀ ਸੀਨ ਹੈ, ਚੱਲਦੀ ਆ ਕਿ ਜਾਂ ਪ੍ਰੋਗਰਾਮ ਵੜ ਗਿਆ, ਯਾਦ ਹੀ ਨਹੀਂ ਰਿਹਾ ਉਹਨੂੰ ਕੱਢਣ ਦਾ ਪਾਕਟ ਦੇ ਵਿੱਚੋਂ, ਅਤੇ ਪਾਣੀ 'ਚ ਹੀ ਰਿਹਾ ਸਭ ਨਾਲ, 5 ਮਿੰਟ ਤਾਂ ਮੈਨੂੰ ਲੱਗ ਗਿਆ ਹੋਣੇ, ਜ਼ਿਆਦਾ ਲੱਗ ਗਿਆ ਇਹਦੇ ਵਿੱਚ ਵੜਿਆ, 5 ਮਿੰਟ ਤਕਰੀਬਨ, ਅਤੇ ਹੋ ਸਕਦਾ ਕਿ ਇਹਦਾ ਕੰਮ ਤਮਾਮ ਹੋ ਗਿਆ ਹੋਵੇ। 3 hours later ਭੁੱਖ ਵੀ ਲੱਗੀ ਅਤੇ ਖਾਣਾ ਵੀ ਆ ਗਿਆ, ਖਾਣੇ 'ਚ ਆਏ ਦਾ ਚਾਵਲ, ਅਤੇ ਨਾਲ ਆਪਣੀ ਆਈ ਆ ਫੇਵਰੇਟ ਚਟਨੀ ਲਾਲ ਵਾਲੀ, ਇਹ ਆਪਣੀ ਨਾ ਫੇਵਰੇਟ ਚਟਨੀ ਹੈਗੀ ਆ, ਅਤੇ ਨਾਲ ਲੈਂਦੇ ਹਾਂ ਥੋੜ੍ਹਾ ਜਿਹਾ ਅਸੀਂ ਚਾਰ, ਅਤੇ ਥੋੜ੍ਹਾ ਜਿਹਾ ਲਗਾਉਂਦੇ ਹਾਂ ਚਾਰ ਨਾਲ ਚਟਨੀ, ਅਤੇ ਪਹਿਲਾਂ ਨਵਾਲਾ ਤੁਸੀਂ ਲਓ, ਬਿਸਮਿਲ੍ਲਾ ਕਰੋ, ਅਤੇ ਫਿਰ ਲੈਂਦਾ ਬਾਅਦ 'ਚ ਮੈਂ ਬਿਸਮਿਲ੍ਲਾ ਰਹਿਮਾਨ ਰਹੀਮ। ਅਲਹਮਦੁਲਿਲਾ ਖਾਣਾ ਸ਼ਾਨਾ ਖਾ ਲਿਆ, ਅਤੇ ਇਹਦੇ ਨਾਲ ਕਰ ਦਿੰਦੇ ਅੱਜ ਦੇ ਵਲੋਗ ਦਾ ਐਂਡ। ਅਗਰ ਸਾਡਾ ਅੱਜ ਦਾ ਵਲੋਗ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਸਬਸਕ੍ਰਾਈਬ ਮਸਟ ਆ, ਅਤੇ ਸ਼ੇਅਰ ਕਰ ਦਿਓ ਫਰੈਂਡ ਐਂਡ ਫੈਮਿਲੀ ਦੇ ਸਾਥ। ਇਨਸ਼ਾਅੱਲਾ ਮਿਲਾਂਗੇ ਅਗਲੇ ਵਲੋਗ ਦੇ ਵਿੱਚ, ਅਲਾ ਹਾਫਿਜ਼, ਬਾਏ ਬਾਏ।